ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ। ਮੈਂ ਬ੍ਰਿਜਰਾਜ, ਕੰਪਿਊਟਰ ਟੀਚਰ, ਸ਼ਹੀਦ ਮੱਖਣ ਸਿੰਘ, ਸਰਕਾਰੀ ਕੰਨਿਆ, ਸੀਨੀਅਰ ਸੈਕੰਡਰੀ ਸਕੂਲ, ਪਠਾਨਕੋਟ। ਅੱਜ ਅਸੀਂ ਸਬਜੈਕਟ ਕੰਪਿਊਟਰ ਸਾਇੰਸ, ਜਮਾਤ ਦਸਵੀਂ, ਪਾਠ ਨੰਬਰ 4, ਵੈੱਬ ਡਿਵੈਲਪਮੈਂਟ ਵਿੱਚ ਜਿਹੜੇ ਟੋਪਿਕ ਪੜ੍ਹਾਂਗੇ ਉਹ ਇਸ ਪ੍ਰਕਾਰ ਨੇ। ਬਹੁ 94 ਪ੍ਰਸ਼ਨ, ਮੀਨਸ ਕਿ MCQ। ਖਾਲੀ ਥਾਵਾਂ ਭਰੋ, ਸਹੀ ਜਾਂ ਗਲਤ ਦੱਸੋ, ਪੂਰੇ ਨਾਮ ਲਿਖੋ ਅਤੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਆਓ ਦੇਖਦੇ ਹਾਂ। ਬਹੁ 94 ਪ੍ਰਸ਼ਨ ਮੀਨਸ ਮਲਟੀਪਲ ਚੋਇਸ ਕੁਐਸਚਨਸ। ਪਹਿਲਾ ਹੈ, ਕਿਸੇ ਵੈਬਸਾਈਟ ਦੀ ਯੋਜਨਾ ਬਣਾਉਣ ਦੇ 4 ਪੜਾਅ ਹਨ। ਕਿਸੇ ਸਾਈਟ ਦਾ ਟੀਚਾ, ਦਰਸ਼ਕਾਂ ਲਈ ਡਿਜ਼ਾਈਨਿੰਗ, ਕੰਮ ਰਣਨੀਤੀ ਅਤੇ ਵਿਸ਼ਾ ਵਸਤੂ ਦੇ ਵਿਕਾਸ, ਤੇ ਚੌਥਾ ਆਪਸ਼ਨ ਹੈ ਉਪਰੋਕਤ ਸਾਰੇ। ਤੇ ਜੇਕਰ ਕੋਈ ਵੈਬਸਾਈਟ ਦੀ ਅਸੀਂ ਪਲੈਨਿੰਗ ਕਰਨੀ ਹੈ, ਯੋਜਨਾ ਬਣਾਉਣੀ ਹੈ, ਤੇ ਉਹਦੇ ਲਈ ਸਾਨੂੰ ਕਿਸੇ ਸਾਈਟ ਦਾ ਟੀਚਾ, ਦਰਸ਼ਕਾਂ ਲਈ ਡਿਜ਼ਾਈਨਿੰਗ, ਕੰਮ ਰਣਨੀਤੀ ਅਤੇ ਵਿਸ਼ਾ ਵਸਤੂ ਦੇ ਵਿਕਾਸ, ਇਹ ਚਾਰੋਂ ਪੜਾਅ ਚਾਹੀਦੇ ਹੁੰਦੇ ਹਨ। ਤੇ ਸਹੀ ਆਨਸਰ ਕੀ ਹੋਇਆ? ਉਪਰੋਕਤ ਸਾਰੇ। ਦੂਸਰਾ MCQ ਹੈ, ਵੈਬ ਪੇਜ ਦੀ ਇੱਕ ਵਧੀਆ ਦਿੱਖ ਕਿਸ ਤੇ ਨਿਰਭਰ ਕਰਦੀ ਹੈ? ਫੋਂਟ ਦਾ ਆਕਾਰ ਜਾਂ ਰੰਗ, ਬੈਕਗ੍ਰਾਉਂਡ ਰੰਗ, ਟੇਬਲ ਅਤੇ ਗ੍ਰਾਫਿਕਸ, ਤੇ ਚੌਥਾ ਆਪਸ਼ਨ ਹੈ ਉਪਰੋਕਤ ਸਾਰੇ। ਤੇ ਕਿਸੇ ਵੈਬ ਪੇਜ ਦੀ ਵਧੀਆ ਦਿੱਖ ਹੈ ਉਹ ਫੋਂਟ ਦਾ ਆਕਾਰ, ਰੰਗ, ਬੈਕਗ੍ਰਾਉਂਡ ਰੰਗ, ਟੇਬਲ ਅਤੇ ਗ੍ਰਾਫਿਕਸ, ਇਹ ਸਾਰੀਆਂ ਚੀਜ਼ਾਂ ਤੇ ਨਿਰਭਰ ਕਰਦੀ ਹੈ। ਇਸ ਲਈ ਇਹਦਾ ਆਨਸਰ ਵੀ ਕਹੀ ਹੈ ਉਪਰੋਕਤ ਸਾਰੇ। ਨੈਕਸਟ, ਕਿਸ ਟੈਸਟਿੰਗ ਲਈ ਇੰਟਰਨੈਟ ਕੁਨੈਕਸ਼ਨ ਦੀ ਲੋੜ ਨਹੀਂ ਹੈ? 4 ਆਪਸ਼ਨ ਨੇ, ਆਫਲਾਈਨ ਟੈਸਟਿੰਗ, ਆਨਲਾਈਨ ਟੈਸਟਿੰਗ, ਉਪਰੋਕਤ ਦੋਵੇਂ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਆਨਸਰ ਹੈ ਆਫਲਾਈਨ ਟੈਸਟਿੰਗ। ਆਫਲਾਈਨ ਟੈਸਟਿੰਗ ਉਹ ਹੁੰਦੀ ਹੈ ਜਿਹਨੂੰ ਅਸੀਂ ਆਪਣੇ ਲੋਕਲ ਕੰਪਿਊਟਰ ਤੇ ਕਰ ਸਕਦੇ ਹਾਂ, ਤੇ ਇਹਦੇ ਲਈ ਇੰਟਰਨੈਟ ਕੁਨੈਕਸ਼ਨ ਦੀ ਲੋੜ ਨਹੀਂ ਹੁੰਦੀ। ਫੋਰਥ ਹੈ, SEO ਦਾ ਮਤਲਬ ਕੀ ਹੈ? ਸਰਚ ਇੰਜਨ ਆਪਟੀਮਾਈਜੇਸ਼ਨ, ਸਿਸਟਮ ਇੰਜਨ ਆਪਟੀਮਾਈਜੇਸ਼ਨ, ਸੈਕਰੋਨਾਈਜ ਇੰਜਨ ਆਪਟੀਮਾਈਜੇਸ਼ਨ, ਤੇ ਉਪਰੋਕਤ ਵਿੱਚੋਂ ਕੋਈ ਨਹੀਂ। ਤੇ ਇਹਦਾ ਸਹੀ ਆਨਸਰ ਹੈ ਸਰਚ ਇੰਜਨ ਆਪਟੀਮਾਈਜੇਸ਼ਨ। ਇਹ ਸਰਚ ਇੰਜਨ ਵਿੱਚ ਵਰਤਿਆ ਜਾਂਦਾ ਹੈ। ਸਰਚ ਇੰਜਨ ਜਿੱਦਾਂ ਅਸੀਂ ਗੂਗਲ ਤੇ ਕੋਈ ਸਰਚ ਕਰਦੇ ਹਾਂ, ਤੇ ਸਰਚ ਇੰਜਨ ਦੀ ਸਪੀਡ ਵਧਾਉਣ ਲਈ ਇਹ ਵਰਤਿਆ ਜਾਂਦਾ ਹੈ, ਸਰਚ ਇੰਜਨ ਆਪਟੀਮਾਈਜੇਸ਼ਨ। ਨੈਕਸਟ ਹੈ, SMM ਦਾ ਮਤਲਬ ਕੀ ਹੈ? SMM ਦਾ ਮਤਲਬ ਹੈ ਸੋਸ਼ਲ ਮੀਡੀਆ ਮਾਰਕੀਟਿੰਗ, ਸਾਇੰਸ ਮੀਡੀਆ ਮਾਰਕੀਟਿੰਗ, ਸਿਸਟਮ ਮੈਕਰੋਮੀਡੀਆ, ਤੇ ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਆਨਸਰ ਹੈ ਸੋਸ਼ਲ ਮੀਡੀਆ ਮਾਰਕੀਟਿੰਗ। ਜਦੋਂ ਕੋਈ ਕੰਪਨੀ ਆਪਣੇ ਪ੍ਰੋਡਕਟ ਦੀ ਮਾਰਕੀਟਿੰਗ ਕਿਸੇ ਸੋਸ਼ਲ ਮੀਡੀਆ ਸਾਈਟ ਤੇ ਕਰਦੀ ਹੈ, ਜਿੱਦਾਂ ਫੇਸਬੁੱਕ, ਟਵਿੱਟਰ ਵਗੈਰਾ ਤੇ, ਤਾਂ ਉਸਨੂੰ ਕੀ ਬੋਲਦੇ ਹੈ? ਸੋਸ਼ਲ ਮੀਡੀਆ ਮਾਰਕੀਟਿੰਗ। ਨੈਕਸਟ ਹੈ, ਖਾਲੀ ਥਾਵਾਂ ਭਰੋ। ਪਹਿਲਾ ਹੈ, ਸਾਈਟ ਦੀ ਯੋਜਨਾ ਬਣਾਉਣ ਸਮੇਂ ਸਾਈਟ ਦੀ ਡੈਸ਼ ਦਾ ਫੈਸਲਾ ਅੰਤ ਵਿੱਚ ਲਿਆ ਜਾਂਦਾ ਹੈ। ਇਸਦਾ ਆਨਸਰ ਹੈਗਾ ਪਬਲਿਸ਼ਿੰਗ। ਕਿ ਸਾਈਟ ਦੀ ਪਲੈਨਿੰਗ ਕਰਨ ਦੇ ਦੌਰਾਨ ਜਿਹੜੇ ਪਬਲਿਸ਼ਿੰਗ ਦਾ ਫੈਸਲਾ ਸਭ ਤੋਂ ਅੰਤ 'ਚ ਲਿਆ ਜਾਂਦਾ ਹੈ। ਪਬਲਿਸ਼ਿੰਗ ਦਾ ਮਤਲਬ ਹੁੰਦਾ ਹੈ ਕਿ ਸਾਈਟ ਨੂੰ ਬਣਾਉਣ ਤੋਂ ਬਾਅਦ ਵੈਬ ਸਰਵਰ ਤੇ ਅਪਲੋਡ ਕਰਵਾਉਣਾ, ਉਸਨੂੰ ਕੀ ਬੋਲਦੇ ਹੈ? ਪਬਲਿਸ਼ਿੰਗ। ਨੈਕਸਟ, ਡੈਸ਼ ਤੁਹਾਡੀ ਸਾਈਟ ਦਾ ਪਤਾ ਹੈ। ਇਸਦਾ ਆਨਸਰ ਹੈਗਾ ਡੋਮੇਨ ਨੇਮ। ਨੈਕਸਟ, ਡੋਮੇਨ ਨੇਮ ਫੈਸਲਾ ਕਰਨ ਤੋਂ ਬਾਅਦ ਅਗਲਾ ਕਦਮ ਡੋਮੇਨ ਨੇਮ ਦੀ ਡੈਸ਼ ਕਰਨਾ ਹੈ, ਤੇ ਇਸਦਾ ਆਨਸਰ ਹੈਗਾ ਰਜਿਸਟ੍ਰੇਸ਼ਨ। ਕਿ ਜਦੋਂ ਤੁਹਾਨੂੰ ਕੋਈ ਡੋਮੇਨ ਨੇਮ ਮਿਲ ਗਿਆ, ਉਸ ਤੋਂ ਬਾਅਦ ਅਗਲਾ ਕੰਮ ਕੀ ਹੈ? ਡੋਮੇਨ ਨੇਮ ਨੂੰ ਰਜਿਸਟਰ ਕਰਵਾਉਣਾ। ਤੇ ਦੋ ਵੈਬਸਾਈਟਸ ਨੂੰ ਕਦੇ ਵੀ ਸੇਮ ਡੋਮੇਨ ਨੇਮ ਨਹੀਂ ਮਿਲਦਾ। ਡੋਮੇਨ ਨੇਮ ਕਿੱਦਾਂ ਹੁੰਦਾ ਹੈ? ਜਿਹਦਾ google.com, yahoo.com। ਨੈਕਸਟ, ਡੈਸ਼ ਟੈਸਟਿੰਗ ਇੰਟਰਨੈਟ ਤੋਂ ਬਿਨਾਂ ਕੀਤੀ ਜਾ ਸਕਦੀ ਹੈ, ਤੇ ਇਸਦਾ ਆਨਸਰ ਕੀ ਹੈ? ਆਫਲਾਈਨ ਟੈਸਟਿੰਗ। ਜਿਹੜੀ ਆਫਲਾਈਨ ਟੈਸਟਿੰਗ ਹੈ, ਇਹਦੇ ਲਈ ਸਾਨੂੰ ਇੰਟਰਨੈਟ ਦੀ ਜ਼ਰੂਰਤ ਨਹੀਂ ਹੁੰਦੀ। ਨੈਕਸਟ ਹੈ, ਕਿਸੇ ਵੀ ਵੈਬਸਾਈਟ ਦੇ ਪਹਿਲੇ ਪੰਨੇ ਨੂੰ, ਸਫ਼ੇ ਨੂੰ ਡੈਸ਼ ਕਿਹਾ ਜਾਂਦਾ ਹੈ। ਕੋਈ ਵੀ ਜਿਹੜੀ ਵੈਬਸਾਈਟ ਹੈ ਉਸਦੇ ਪਹਿਲੇ ਪੇਜ ਨੂੰ ਕੀ ਕਿਹਾ ਜਾਂਦਾ ਹੈ? ਹੋਮ ਪੇਜ। ਮਤਲਬ ਕਿ ਜਦੋਂ ਅਸੀਂ ਕੋਈ ਵੈਬਸਾਈਟ ਓਪਨ ਕਰਦੇ ਹਾਂ, ਜਿਹੜਾ ਸਭ ਤੋਂ ਪਹਿਲਾ ਪੇਜ ਸਾਨੂੰ ਨਜ਼ਰ ਆਉਂਦਾ ਹੈ, ਉਸਨੂੰ ਕੀ ਬੋਲਦੇ ਹੈ? ਹੋਮ ਪੇਜ। ਸਹੀ ਗਲਤ ਦੱਸੋ, ਮਤਲਬ ਕਿ ਟਰੂ ਫੋਲਸ। ਪਹਿਲਾ ਸਹੀ ਗਲਤ ਹੈ, ਹੋਮ ਪੇਜ ਦੇ ਨਾਲ ਹੋਰ ਪੰਨਿਆਂ ਦਾ ਕੋਈ ਲਿੰਕ ਨਹੀਂ ਹੁੰਦਾ। ਮਤਲਬ ਕਿ ਹੋਮ ਪੇਜ ਦੇ ਨਾਲ ਕਿਸੇ ਹੋਰ ਪੇਜ ਦਾ ਲਿੰਕ ਨਹੀਂ ਹੁੰਦਾ। ਇਹ ਬਿਲਕੁਲ ਗਲਤ ਹੈ, ਕਿਉਂਕਿ ਹੋਮ ਪੇਜ ਦੇ ਨਾਲ ਹੀ ਬਾਕੀ ਪੇਜ ਜਿਹੜੇ ਹੈ ਜੁੜੇ ਹੁੰਦੇ ਹਨ। ਸੈਕਿੰਡ ਟਰੂ ਫੋਲਸ ਹੈ, ਸਾਈਟ ਦਾ ਪਤਾ .com
google.org.net आदि नाल खत्म हुंदा है। यह बिल्कुल सही आंसर है, जिदा google.com ssapunjab.org ugc.net इस करके है, सही है। थर्ड है, किसी साइट का ऑफलाइन टेस्ट सिर्फ इको ब्राउजर से करना चाहिए है। यह गलत है कि जो भी असं ऑफलाइन टेस्ट करना है वो असं वख वख ब्राउजरस ट्राई करते हाँ, वख ब्राउजर जिमें कि गूगल क्रोम, मोजिला, फायरफॉक्स, इंटरनेट एक्सप्लोर, इन सारिया असं उन्होंने टेस्ट करते हाँ। चौथा है, होस्ट लई वैब पेजिज़ नू भेजने लई सानू एफ टी पी कलाइंट की लोड़ पैंदी है। एफ टी पी का मतलब होंदा फाइल ट्रांसफर प्रोटोकॉल। यह बिल्कुल सही है कि जो असी होस्ट करना वैब पेजिस नू तो सानू एफ टी पी कलाइंट की जरूरत पवेगी। नैक्सट पंजवा, किसी साइट के ऑनलाइन टैसटिंग दौरान तुहाडे कंप्यूटर नू इंटरनेट नाल जुड़िया होना चाहिए है। यह बिल्कुल सही आंसर है क्योंकि जो तुसी ऑनलाइन टेस्ट करना है तो ऑनलाइन टेस्ट का मतलब कि इंटरनेट चलता होना चाहिए, इस करके है, सही है। नैक्सट है, फुल फॉर्म्स पूरे नाम लिखो। पहला है आईपी, आईपी का मतलब होंदा है इंटरनेट प्रोटोकॉल। जो असी इंटरनेट पर काम करते हाँ, इंटरनेट पर काम करने के दौरान जेडे असी रूल्स फॉलो करते हाँ या जेडे निजम अभी फॉलो करते हाँ उसनों की कहते हैं प्रोटोकॉल। एफ टी पी फाइल ट्रांसफर प्रोटोकॉल, जो असी इंटरनेट पर किसी फाइल को डाउनलोड करते हाँ या अपलोड करते हाँ वह कि मदद ना होंगे एफ टी पी की मदद न। थर्ड है यू आर एल, यू आर एल का मतलब होंगे यूनिफॉर्म रिसोर्स लोकेटर। यू आर एल वैबसाइट का एड्रैस भी बोलते हैं, कभी भी दो वैबसाइट्स का यू आर एल सेम नहीं होंगे। नैक्सट है बहुत छोटे उत्तर वाले प्रश्न। पहला है तुहाड़ी साइट का पता केड़ा है। साइट के पते नू डोमेन नेम भी बोलते हैं, जिदा google.com yahoo.com। नैक्सट है कंप्यूटर की वैबसाइट की कॉपी नू डैश वर्जन अते वैब होस्ट उत्ते कॉपी नू डैश वर्जन कहा जाता है। मतलब कि जो वैबसाइट साढ़े लोकल कंप्यूटर से स्टोर है तो उन्हें की किया जाता है, तो जो अं नैट पर अपलोड कर देने उसनों की किया जाता है, जिहड़ी कंप्यूटर की कॉपी है उसनों लोकल वर्जन कहा जाता है, तो जिहड़ी वैब होस्ट की कॉपी है उसनों एक्सटर्नल वर्जन कहा जाता है। थर्ड है कोई कंपनी ग्राहकों की फीडबैक किस तरह प्राप्त कर सकती है। ग्राहकों को फीडबैक लैन लई यूज किया जाता है सोशल मीडिया मार्केटिंग, मीनस SMM हो गया सोशल मीडिया मार्केटिंग। नैक्सट है वैबसाइट से सारिया वक वक विशेषतावां दी जांच करन लई की जरूरी है। एदे लई जरूरी है टेस्टिंग, जदों कि वैबसाइट असी अपलोड करनी है उसनों चंगी तरह चैक करन लई असी की यूज करते हाँ टेस्टिंग। तुहानूं दस्सिया टेस्टिंग दो तरह की होंदी है, ऑनलाइन अते ऑफलाइन। ऑनलाइन टेस्टिंग जदों असी नैट ते चैक करते हाँ, ऑफलाइन जो असी लोकल कंप्यूटर से चैक करते हाँ। नैक्सट डिजाइनर डाटा नू नष्ट होन मालवेयर अते होर नुकसान तो बचा करता है। उहदे लई की आंसर है सुरक्षा अते बैकअप की वरतों करके। मतलब कि जेकर असीं चाहते हैं कि साडा डाटा कोई खराब ना कर सके जां कोई वायरस अटैक ना कर सके तो उहदे लई असीं करते हैं सुरक्षा दिंदे हाँ। सुरक्षा देने लई पासवर्ड वगैरह की वरतों होंदी है, तो बैकअप का मतलब होंदा कि जो असी कोई डाटा ऑनलाइन स्टोर करते हैं सानू उहदा वक्खरा एक बैकअप रखना पैंदा, असी उहनू किसी होर जगह पर स्टोर करके रख सकते हैं ताकि साडा डाटा कोई खराब ना कर सके। जेकर तुहाडी कोई क्वेरी, क्वेश्चन जां सुजैशन है तो कमेंट सैक्शन विच जरूर दसना। अते जेकर तुसी अजे तक मेरे इस यूट्यूब चैनल नू लाइक अते सबसक्राइब नहीं किया है तो कृपा करके इस नू लाइक अते सबसक्राइब जरूर करो अते बैल आइकन नू प्रेस करना ना भूलो ताजो तुहानू मेरी नवी वीडियोज़ दे नोटिफिकेशन मिलती रहे। धन्यवाद।